ਇਹ ਰਿਟਨ ਦੇ ਅੰਦਰ ਬਣਾਤੀ ਹੈ ਵੀ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਹੈ ਇਹ ਸਾਰੇ ਦੇ ਸਾਰੇ ਜਿਹੜੇ ਕੰਮ ਨੇ ਕਰਨੇ ਚਾਹੀਦੇ ਨੇ। 65 ਸਾਲ ਦੀ ਉਮਰ ਤੋਂ ਵੱਧ ਲੋੜਵੰਦ ਬਜ਼ੁਰਗਾਂ ਨੂੰ ਬੁਢੇਪੇ ਦੀ ਪੈਨਸ਼ਨ ਮਿਲਣੀ ਚਾਹੀਦੀ ਹੈ। ਵੀਰ ਜੀ ਉਹ ਮਛਲੇ ਹੋਏ ਨੇ, ਉਹਨਾਂ ਨੇ ਸੁਣ ਕੇ ਵੀ ਅਣਸੁਣੀ ਕਰ ਦੇਣੀ, ਪਹਿਲਾਂ ਤਾਂ ਉਹਨਾਂ ਨੇ ਸੁਣਨਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਇਹ ਲੱਗਣਾ ਕਿ ਅਤਿੰਦਰਪਾਲ ਸਿੰਘ ਉਹਨਾਂ ਦੇ ਮੂੰਹ 'ਤੇ ਚਪੇੜਾ ਮਾਰਦਾ। ਪੈਂਹਠ ਸਾਲ ਦੀ ਉਮਰ ਤੋਂ ਵੱਧ ਲੋੜਵੰਦ ਬਜ਼ੁਰਗਾਂ ਨੂੰ ਬੁਢੇਪੇ ਦੀ ਪੈਨਸ਼ਨ ਮਿਲਣੀ ਚਾਹੀਦੀ ਹੈ ਕਿ ਜਿਹੜੇ ਬਜ਼ੁਰਗਾਂ ਦੀ ਏਜ 65 ਸਾਲ ਤੋਂ ਉੱਤੇ ਹੋ ਗਈ, ਕਿਉਂਕਿ ਅਕਸਰ ਦਵਾ ਦਾਰੂ ਕਿਤੇ ਰਿਸ਼ਤੇਦਾਰੀ ਵਿੱਚ ਜਾਣਾ ਆਉਣਾ ਕਿ ਉਹਨਾਂ ਦੀ ਵੀ ਗੱਲ ਕੀਤੀ ਗਈ ਵੀ ਉਹਨਾਂ ਨੂੰ ਬੁਢੇਪਾ ਪੈਨਸ਼ਨ ਜਿਹੜੀ ਹੈ ਉਹ ਵੀ ਮਿਲਣੀ ਚਾਹੀਦੀ, ਭਾਵੇਂ ਨੀਅਤ ਨਹੀਂ ਕੀਤੀ ਪਰ ਘੱਟੋ ਘੱਟ ਸਰਕਾਰ ਦੇ ਆਉਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਰਿਟਨ ਦੇ ਅੰਦਰ ਬਣਾਤੀਆਂ ਵੀ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਇਹ ਸਾਰੇ ਦੇ ਸਾਰੇ ਜਿਹੜੇ ਕੰਮ ਨੇ ਕਰਨੇ ਚਾਹੀਦੇ ਨੇ। ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗ, ਅਕਾਲੀ ਦਲ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਦੂਸਰੇ ਕਮਜ਼ੋਰ ਵਰਗਾਂ ਨੂੰ ਆਰਥਿਕ ਮਿਆਰ, ਉਹਨਾਂ ਨੂੰ ਵਿੱਦਿਅਕ ਸਹੂਲਤਾਂ, ਨੌਕਰੀ ਅਤੇ ਦੂਸਰੀਆਂ ਹੋਰ ਰਿਆਇਤਾਂ ਦੇ ਕੇ ਉੱਚਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਕਿ ਉਹ ਵੀ ਸਮਾਜ ਦੇ ਦੂਜੇ ਵਰਗਾਂ ਦੇ ਬਰਾਬਰ ਆ ਜਾਣ। ਇਹਨਾਂ ਸ਼੍ਰੇਣੀਆਂ ਨੂੰ ਅੰਨ ਸਸਤੇ ਦਰਾਂ 'ਤੇ ਦਿੱਤਾ ਜਾਵੇਗਾ, ਕਹਿਣ ਤੋਂ ਭਾਵ ਕਿ ਜਿੰਨੀ ਦੇਰ ਤੱਕ ਇਹ ਉੱਪਰ ਨਹੀਂ ਆ ਜਾਂਦੇ ਅੰਨ ਵੀ ਇਹਨਾਂ ਨੂੰ ਸਸਤਾ ਦਿੱਤਾ ਜਾਵੇਗਾ ਤਾਂ ਕਿ ਕਿਸੇ ਵੀ ਤਰੀਕੇ ਇਹਨਾਂ ਦੇ ਕੋਲ ਕਿਸੇ ਚੀਜ਼ ਦੀ ਘਾਟ ਨਾ ਰਹਿ ਜਾਵੇ। ਵੀਰ ਜੀ ਜਦੋਂ ਮਤਾ ਸ੍ਰੀ ਅਨੰਦਪੁਰ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਮੈਂ ਤਾਂ ਆਹ ਚੀਜ਼ ਦੇਖ ਕੇ ਬੜਾ ਹੈਰਾਨ ਹੋਇਆ ਵਾਂ ਕਿ ਕਿਸ ਤਰੀਕੇ ਦੇ ਨਾਲ ਕਿਤੇ 'ਤੇ ਐਜੂਕੇਸ਼ਨ ਦੀ ਗੱਲ ਹੈ, ਕਿਤੇ ਰੁਜ਼ਗਾਰ ਦੀ ਗੱਲ ਹੈ, ਕਿਤੇ ਬੇਰੁਜ਼ਗਾਰੀ ਦੀ ਗੱਲ ਹੈ। ਅਤੇ ਜੇ ਇਹ ਚੀਜ਼ਾਂ, ਮੈਂ ਨਹੀਂ ਕਹਿੰਦਾ ਕਿ 100%, ਥੋੜ੍ਹੀਆਂ ਥੋੜ੍ਹੀਆਂ ਵੀ ਲਾਗੂ ਹੋ ਜਾਂਦੀਆਂ ਮਤਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ, ਅਤੇ ਮੇਰੇ ਖਿਆਲ ਦੇ ਵਿੱਚ ਅੱਜ ਆਪਾਂ ਨੂੰ ਇਹ ਐਪੀਸੋਡ ਕੱਢਣ ਦੀ ਲੋੜ ਨਾ ਪੈਂਦੀ, ਲੋੜ ਹੀ ਨਹੀਂ ਸੀ ਪੈਣੀ ਜੀ, ਹੈ ਨਾ। ਅੱਜ ਪੰਜਾਬ ਕਿੱਥੇ ਪਹੁੰਚਿਆ ਹੋਣਾ ਸੀ ਅਤੇ ਜੇ ਹੁਣ ਆਪਾਂ ਐਪੀਸੋਡ ਕੱਢ ਵੀ ਦਿੱਤੇ ਹੈ, ਦੁਨੀਆਂ ਨੇ ਸੁਣ ਲਿਆ ਕਿ ਆਪਣੇ ਇਹ ਐਪੀਸੋਡ ਇਹ ਵੀ ਸੁਣਨਗੇ ਜਿਨ੍ਹਾਂ ਨੇ ਮਤਾ ਸ੍ਰੀ ਅਨੰਦਪੁਰ ਸਾਹਿਬ ਦਾ ਤਹੱਈਆ ਕੀਤਾ ਸੀ ਪੂਰਾ ਕਰਾਂਗੇ। ਵੀਰ ਜੀ ਉਹ ਮਛਲੇ ਹੋਏ ਨੇ, ਉਹਨਾਂ ਨੇ ਸੁਣ ਕੇ ਵੀ ਅਣਸੁਣੀ ਕਰ ਦੇਣੀ, ਪਹਿਲਾਂ ਤਾਂ ਉਹਨਾਂ ਨੇ ਸੁਣਨਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਇਹ ਲੱਗਣਾ ਕਿ ਅਤਿੰਦਰਪਾਲ ਸਿੰਘ ਉਹਨਾਂ ਦੇ ਮੂੰਹ 'ਤੇ ਚਪੇੜਾ ਮਾਰਦਾ, ਉਹਨਾਂ ਨੇ ਸੁਣਨਾ ਹੀ ਨਹੀਂ ਜੀ। ਜੀ ਠੀਕ, ਸੱਚ ਬੜਾ ਕੌੜਾ ਲੱਗਦਾ ਜੀ। ਜੀ ਜੇ ਕਿਸੇ ਨੇ ਸੁਣ ਵੀ ਲਿਆ ਉਹਨੇ ਮਚਲਿਆ ਰਹਿਣਾ, ਯਾਰ ਮੈਨੂੰ ਨਹੀਂ ਸੀ ਪਤਾ ਯਾਰ। ਹੁਣ ਵੀ ਤਾਂ ਵਿਦਵਾਨ ਕਹਿ ਹੀ ਦਿੰਦੇ ਨੇ ਜੀ ਸਾਨੂੰ ਪੂਰਾ ਨਹੀਂ ਪਤਾ ਜੀ, ਹੁਣ ਵੀ ਤਾਂ ਕਹਿ ਹੀ ਦਿੰਦੇ ਨੇ ਜੀ ਬਕਾਇਦਾ ਬੜੇ ਕਿਹਦੇ ਸੁਣੇ ਗਏ। ਹਾਂ, ਅਤੇ ਇਹ ਗੱਲਾਂ ਮਛਲੇ ਪਾਉਂਦੀਆਂ ਨਿਸ਼ਾਨੀਆਂ ਨੇ। ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਸੀ, ਮੈਂ ਆਖਰੀ ਗੱਲ ਵੀ ਕਰਦਾ ਐਜੂਕੇਸ਼ਨ ਦੇ ਸੰਬੰਧਿਤ। ਇੱਕ ਹੋਰ ਬੜੀ ਸੋਹਣੀ ਗੱਲ ਕਹੀ ਗਈ ਹੈ ਅਨੰਦਪੁਰ ਸਾਹਿਬ ਦੇ ਮਤੇ 'ਚ ਕਿ ਸਕੂਲਾਂ ਦਾ ਪ੍ਰਾਈਵੇਟਾਈਜੇਸ਼ਨ ਬੰਦ, ਵਿੱਦਿਆ ਦਾ ਪ੍ਰਾਈਵੇਟਾਈਜੇਸ਼ਨ ਬੰਦ ਕੀਤਾ ਜਾਏਗਾ ਅਤੇ ਸਰਕਾਰੀ ਸਕੂਲਾਂ ਦਾ ਮਿਆਰ ਇਤਨਾ ਉੱਚਾ ਚੁੱਕਿਆ ਜਾਏਗਾ ਕਿ ਇਹਨਾਂ ਨੂੰ ਮਾਡਲ ਸਕੂਲਾਂ ਦਾ ਹਿਸਾਬ ਨਾਲ ਉਦਾਹਰਨ ਪੇਸ਼ ਕਰ ਦਿੱਤੀ ਜਾਏਗੀ। ਠੀਕ ਹੈ ਨਾ ਜੀ। ਹੁਣ ਤੁਸੀਂ ਇਹ ਦੇਖੋ ਕਿ ਅਕਾਲੀ ਦਲ ਨੇ ਪਿਛਲੇ 15 ਸਾਲਾਂ 'ਚ ਸਰਕਾਰੀ ਸਕੂਲਾਂ ਨੂੰ ਤਾਂ ਤਾਲੇ ਲਵਾ ਦਿੱਤੇ ਜੀ, ਅਤੇ ਵਿੱਦਿਆ ਦਾ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਬਹੁਤ ਜ਼ਿਆਦਾ, ਟੋਟਲ ਹੋ ਗਿਆ ਜੀ ਮੈਂ ਤਾਂ ਕਰਨਾ। ਅਤੇ ਇਸ ਕਰਕੇ ਅਨੰਦਪੁਰ ਸਾਹਿਬ ਮਤੇ ਨਾਲ ਤਾਂ ਟੋਟਲ ਗੱਦਾਰੀ ਕੀਤੀ ਗਈ ਹੈ ਜੀ, ਮੁਕੰਮਲ ਤੌਰ 'ਤੇ ਹਰ ਪੱਧਰ 'ਤੇ ਗੱਦਾਰੀ ਕੀਤੀ ਹੈ। ਅਤੇ ਇਸ ਨੂੰ ਮੈਂ ਤਾਂ ਕਹਾਂਗਾ ਜੇ ਹੁਣ ਸੁਣਨ ਵਾਲਿਆਂ ਨੇ, ਤੁਹਾਡੇ ਦਰਸ਼ਕਾਂ ਨੇ ਜੇ ਇਹਨੂੰ ਚੰਗੀ ਤਰ੍ਹਾਂ ਲਿਆ ਔਰ ਜੇ ਮੰਨਦੇ ਨੇ ਕਿ ਆ ਮਤੇ ਵਿੱਚ ਵਾਕਈ ਕੁਛ ਸੀ, ਤੇ ਜਿੰਨੇ ਅਕਾਲੀ ਲੀਡਰ ਫੋਰਨ 'ਚ ਜਾਂਦੇ ਨੇ ਜਾਂ ਜਿੰਨਿਆਂ ਦੇ ਉੱਥੇ ਇਹਨਾਂ ਨਾਲ ਸੰਬੰਧ ਨੇ ਜਾਂ ਜਿੰਨੇ ਰਿਸ਼ਤੇਦਾਰ ਨੇ ਜਾਂ ਜਿੰਨਿਆਂ ਦੇ ਬੱਚੇ ਸੁਣ ਰਹੇ ਨੇ, ਬੱਚੇ ਤਾਂ ਦੇਖੋ ਜੀ ਨਿਰਮਲ ਨੇ, ਉਹਨਾਂ ਨੂੰ ਆਪਣੇ ਬਾਪੂ ਦੀ ਉਹ ਕਰਨੀ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਅੱਜ ਦੇ ਬੱਚੇ ਨੂੰ ਸਮਾਜ ਨਾਲ ਮਤਲਬ ਹੈ ਜੇ ਬੱਚਾ ਸਮਾਜ ਵਾਸਤੇ ਖੜਾ। ਮੈਂ ਕਹਾਂਗਾ ਉਹ ਸਾਰੇ ਹੁਣ ਇੱਕ ਮਤ ਹੋ ਕੇ ਕਹਿਣ ਕਿ ਬਈ ਅਨੰਦਪੁਰ ਸਾਹਿਬ ਮਤਾ ਤੁਸੀਂ ਕਿਉਂ ਨਹੀਂ ਪੂਰਾ ਕੀਤਾ ਜੀ, ਪਹਿਲਾਂ ਤਾਂ ਇਹਦਾ ਸਪਸ਼ਟੀਕਰਨ ਦਿਓ, ਸਪਸ਼ਟੀਕਰਨ ਦਿਓ। ਹਾਂ, ਅਤੇ ਜੇ ਸਮਝ ਪਈ ਹੈ ਪਈ ਹੈ ਇਹਨੂੰ ਪੂਰੇ ਕਰਵਾਉਣ ਵਿੱਚ ਯੋਗਦਾਨ ਪਾਓ, ਯੋਗਦਾਨ ਪਾਓ। ਅਤੇ ਹੁਣ ਤੁਸੀਂ ਨਹੀਂ, ਹੁਣ ਲੀਡਰ ਅਸੀਂ ਬਣਾਂਗੇ, ਨੌਜਵਾਨ ਅੱਗੇ ਬਣੇਗੀ ਤਾਂ ਗੱਲ ਬਣੇਗੀ, ਜੇ ਇਹਨਾਂ ਪਿੱਛੇ ਇਹਨਾਂ ਤੋਂ ਕੁਛ ਨਹੀਂ ਚਾਹੁੰਦਾ। ਓਕੇ ਵੀਰ ਜੀ, ਦਿਲ ਦੀਆਂ ਗਹਿਰੀਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਪਹਿਲਾਂ ਤਾਂ ਇਹ ਧੰਨਵਾਦ ਕਰਦੇ ਹਾਂ ਵੀ ਐਡੀ ਵੱਡੀ ਕਿਤਾਬ ਜਿਹੜੀ ਹੈ ਤੁਸੀਂ ਲਿਖ ਕੇ ਕੌਮ ਦੀ ਝੋਲੀ ਵਿੱਚ ਪਾਈ ਅਤੇ ਸੱਚਾਈਆਂ ਤੋਂ ਜਾਣੂ ਕਰਵਾਇਆ।